ਐਨ ਐਨ ਵੀਜ਼ੇ ਕਈ ਵਾਰੀ ਕਿਸ ਨੂੰ ਲੱਗਦਾ ਵੀ ਸ਼ਾਇਦ ਆਉਂਦੇ ਨਹੀਂ ਹੁਣੇ ਮੈਨੂੰ ਵੀ ਇਦਾਂ ਹੀ ਸੀਗਾ ਪਰ ਅੱਜ ਆਪਾਂ ਲਾਈਵ ਦੇਖਣ ਦੇ ਲਈ ਆਏ ਆ ਜਿਹੜਾ ਬੱਚਾ ਪਹਿਲਾਂ ਜਾਂਦਾ ਸੀਗਾ ਅੱਜ ਤੋਂ 6-7 ਮਹੀਨੇ ਪਹਿਲਾਂ ਦੀ ਗੱਲ ਆ ਉਸਦੇ ਸਪਾਊਸ ਨੂੰ ਬਾਅਦ ਵਿੱਚ ਭੇਜਿਆ ਜਾਂਦਾ ਸੀ ਓਪਨ ਵਰਕ ਪਰਮਿਟ ਤੇ ਤੇ ਅੱਜ ਦੀ ਡੇਟ 'ਚ ਓਮ ਗਲੋਬਲ ਇਕੱਠਿਆਂ ਦੀ ਫਾਈਲ ਲਗਾ ਕੇ ਇੱਕੋ ਦਿਨ ਟਰੈਵਲ ਕਰਾ ਰਿਆ ਤੁਸੀਂ ਸਟੇਟਸ ਪਾ ਦਿੰਦੇ ਆ ਵੀ ਵੀਜ਼ੇ ਸ਼ਾਇਦ ਆਉਂਦੇ ਨਹੀਂਗੇ ਤੁਹਾਡੇ ਪਹਿਲਾਂ ਵੀ ਆਪਾਂ ਪਿਛਲੇ 2 ਹਫ਼ਤੇ ਪਹਿਲਾਂ ਇੱਕ ਵੀਡੀਓ ਕੀਤੀ ਸੀ ਉਹਦੇ ਵਿੱਚ ਆਪਾਂ 99 ਪਾਸਪੋਰਟ ਦਿਖਾਏ ਸੀ ਜਿਹੜਾ ਬੱਚਾ ਪਹਿਲਾਂ ਜਾਂਦਾ ਸੀ ਆਜ ਤੋਂ 6-7 ਮਹੀਨੇ ਪਹਿਲਾਂ ਦੀ ਗੱਲ ਆ ਉਸਦੇ ਸਪਾਊਸ ਨੂੰ ਬਾਅਦ ਵਿੱਚ ਭੇਜਿਆ ਜਾਂਦਾ ਸੀ ਓਪਨ ਵਰਕ ਪਰਮਿਟ ਤੇ ਅੱਜ ਦੀ ਡੇਟ 'ਤੇ ਓਮ ਗਲੋਬਲ ਇਕੱਠਿਆਂ ਦੀ ਫਾਈਲ ਲਗਾ ਕੇ ਇੱਕੋ ਦਿਨ ਟਰੈਵਲ ਕਰਾ ਰਿਆ 42 ਵੀਜ਼ੇ ਹੈਗੇ ਆ ਕੈਨੇਡਾ ਦੇ ਸਪਾਊਸ ਵੀ ਹੈਗੇ ਆ ਕਾਫੀ ਇਹਦੇ ਵਿੱਚ ਔਰ ਨਾਲ ਦੀ ਨਾਲ ਯੂਐਸਏ ਦੇ ਵੀ ਵੀਜ਼ੇ ਲੱਗੇ ਹੋਏ ਨੇ ਆ ਤੁਹਾਡਾ ਅਮਰਤਕੌਰ ਦਾ ਜੀ ਇਹਨਾਂ ਦਾ ਪਾਸਵਰਡ ਆ ਗਿਆ ਆਪਾਂ ਦਿਖਾਈ ਦਿੰਨੇ ਆ ਜੇ ਬੱਚਿਆਂ ਨੂੰ ਨਹੀਂ ਦੱਸਿਆ ਤੁਸੀਂ ਮੈਡੀਕਲ ਤੇ ਜੀਆਈਸੀ ਸਿਰਫ ਸਾਨੂੰ ਲਿਆ ਕੇ ਦੇਣਾ ਚਾਹੇ ਤੁਸੀਂ 10 ਵਾਰੀ ਰਿਫਿਊਜ਼ ਹੋ ਚਾਹੇ ਤੁਸੀਂ 15 ਵਾਰੀ ਰਿਫਿਊਜ਼ ਹੋ ਓਮ ਗਲੋਬਲੋਂ ਇੱਕ ਆਫਰ ਦਿੱਤਾ ਜਾਂਦਾ ਹੈ ਕਿ ਸਰ ਐਨੇ ਘੱਟ ਦਿਨਾਂ ਦੇ ਵਿੱਚ ਕੀ ਆਪਾਂ ਜੀਏਸੀ ਭਰ ਕੇ ਵੀਜ਼ਾ ਲੈ ਸਕਦੇ ਹਾਂ ਅਜੇ ਵੀ ਜਨਵਰੀ ਇਨਟੇਕ ਵਿੱਚ ਜਾਣਾ ਚਾਹੁੰਦੇ ਹੋ ਓਮ ਗਲੋਬਲ ਤੁਹਾਡਾ ਜਨਵਰੀ ਇਨਟੇਕ ਦਾ ਸੁਪਨਾ ਸাকার ਕਰੇਗਾ ਅਜੇ ਵੀ 6 ਬੈਂਡ ਓਵਰਾਲ ਚਾਹੀਦੇ ਨੇ 60 ਪੀਡੀ ਹੋਣੀ ਚਾਹੀਦੀ ਹੈ ਟੌਪ ਆਲ ਤੇ ਤੁਹਾਡੇ 83 ਸਕੋਰ ਹੋਣੇ ਚਾਹੀਦੇ ਆ ਬੱਚੇ ਜਾਂਦੇ ਆ ਉਸੇ ਜਾ ਕੇ ਆਪਣੇ ਅਰਫੰਡ ਅਪਲਾਈ ਕਰ ਦਿੰਦੇ ਆ ਕਈ ਨਾ ਕਈ ਉਹਨਾਂ ਨੂੰ ਡਰਾਇਆ ਜਾਂਦਾ ਵੀ ਤੈਨੂੰ ਵਰਕ ਪਰਮਿਟ ਨਹੀਂ ਮਿਲੇਗਾ ਜਾਂ ਤੈਨੂੰ ਪੜ੍ਹਾਈ ਪੂਰੀ ਕਰਕੇ ਵਾਪਸ ਜਾਣਾ ਪਊਗਾ ਹੋਏ ਦੋਸਤੋ ਕੈਨੇਡਾ ਕੈਨੇਡਾ ਹੋਈ ਪਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਕਿੱਥੇ ਪਹੁੰਚੇ ਆਂ ਸੋਸ਼ਲ ਮੀਡੀਆ ਤੇ ਵੀ ਬੜੀ ਤੱਕ ਪਈ ਹੈ ਕਈ ਦਿਨਾਂ ਤੋਂ ਆਪਾਂ ਵੀਡੀਓ ਦੇਖ ਰਹੇ ਆਂ ਬਹੁਤ ਸਾਰੇ ਵੀਜ਼ੇ ਦਿਖਾਏ ਗਏ ਆ ਉਸ ਦੇ ਵਿੱਚ ਸਪਾਊਸ ਵੀਜ਼ੇ ਆ ਕੈਨੇਡਾ ਸਟੱਡੀ ਵੀਜ਼ੇ ਆ ਕਿਸ ਤਰ੍ਹਾਂ ਦੇ ਨਾਲ ਆ ਰਹੇ ਆ ਔਰ ਇੰਨੇ-ਇੰਨੇ ਵੀਜ਼ੇ ਕਈ ਵਾਰੀ ਕਿਸੇ ਨੂੰ ਲੱਗਦਾ ਵੀ ਸ਼ਾਇਦ ਆਉਂਦੇ ਨਹੀਂ ਹੋਣੇ ਮੈਨੂੰ ਵੀ ਇਦਾਂ ਹੀ ਸੀਗਾ ਪਰ ਅੱਜ ਆਪਾਂ ਲਾਈਵ ਦੇਖਣ ਦੇ ਲਈ ਆਏ ਆ ਆਪਾਂ ਪਹੁੰਚੇ ਆ ਓਮ ਗਲੋਬਲ ਸਾਡੇ ਨਾਲ ਰਮਨ ਦੁਸਾਨ ਜੀ ਔਰ ਆਪਾਂ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਇੰਨੇ ਵੀਜ਼ੇ ਪਏ ਆ 60 70 ਦੇ ਕਰੀਬ ਜਿਹੜੇ ਵੀਜ਼ੇ ਆ ਇੱਥੇ ਢੇਰ ਲੱਗਿਆ ਹੋਇਆ ਔਰ ਇਹ ਤੁਹਾਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਦੇ ਨਾਲ ਵੀਜ਼ੇ ਆ ਸਪਾਊਸ ਵੀਜ਼ੇ ਨੇ ਰਮਨ ਸਾਹਿਬ ਤੋਂ ਜਾਣਾਂਗੇ ਤੁਸੀਂ ਸਾਡੇ ਨਾਲ ਅਗਲੇ 20 ਤੋਂ 25 ਮਿੰਟ ਬਣੇ ਰਹੋ ਕਿਉਂਕਿ ਬਹੁਤ ਹੀ ਵਧੀਆ ਔਰ ਬਹੁਤ ਹੀ ਚੰਗੀ ਇਨਫੋਰਮੇਸ਼ਨ ਹੈ ਜੇ ਤੁਸੀਂ ਵਿਦੇਸ਼ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਤੁਹਾਨੂੰ ਇਹ ਜਿਹੜਾ ਸ਼ੋਅ ਹੈ ਸਾਡਾ ਕਾਫੀ ਬੈਨੀਫਿਟ ਫਿੱਟ ਸਾਬਿਤ ਹੋ ਸਕਦਾ ਸਰ ਹਮੇਸ਼ਾ ਜਿਵੇਂ ਦੇਖਦੇ ਆ ਪਹਿਲਾਂ ਤੋਂ ਤੁਹਾਡਾ ਸਵਾਗਤ ਆ ਬਹੁਤ ਬਹੁਤ ਸਾਸੀ ਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੇ ਮੇਰੀ ਪੂਰੀ ਹੋਮ ਗਲੋਬਲ ਟੀਮ ਵੱਲੋਂ ਪਲਵਿੰਦਰ ਜੀ ਤੁਸੀਂ ਪਹੁੰਚੇ ਬਹੁਤ ਵਧੀਆ ਲੱਗਿਆ ਕੈਨੇਡਾ ਦੇ ਰਿਜ਼ਲਟ ਮੈਨੂੰ ਬਹੁਤ ਕਾਲਾਂ ਆਉਂਦੀਆਂ ਮੀਡੀਆਜ਼ੋਂ ਵੀ ਤੁਸੀਂ ਸਟੇਟਸ ਪਾ ਦਿੰਨੇ ਆ ਵੀ ਵੀਜ਼ੇ ਸ਼ਾਇਦ ਆਉਦੇ ਨਹੀਂਗੇ ਤੁਹਾਡੇ ਪਹਿਲਾਂ ਵੀ ਆਪਾਂ ਪਿਛਲੇ 2 ਹਫ਼ਤੇ ਪਹਿਲਾਂ ਇੱਕ ਵੀਡੀਓ ਕੀਤੀ ਸੀ ਉਹਦੇ ਵਿੱਚ ਆਪਾਂ 99 ਪਾਸਪੋਰਟ ਦਿਖਾਏ ਸੀਗੇ ਉਸ ਤੋਂ ਬਾਅਦ ਉਹ ਪਾਸਪੋਰਟ ਦਿੱਤੇ ਤੇ ਇਹ ਸਾਰੀ ਕੱਲ ਦੀ ਦੇ ਪਰਸੋਂ ਦੀ ਕਲੈਕਸ਼ਨ ਹੈ ਜਾਨਕੀ ਪਾਸਪੋਰਟ ਜੇ ਡਿਲੀਵਰ ਹੋਏ ਨੇ ਬਲਵਿੰਦਰ ਜੀ ਤੁਸੀਂ ਖਾਸ ਤੌਰ ਤੇ ਇਹੀ ਚੈੱਕ ਕਰਨਾ ਹੈ ਵੀ ਜੇ ਲੱਗਦੇ ਆ ਜਾਂ ਨਹੀਂ ਲੱਗਦੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਪਾਸਪੋਰਟ ਇਹ ਕੱਲੇ ਲਿਫਾਫੇ ਨਹੀਂ ਖਾਲੀ ਇਹ ਤੁਸੀਂ ਖੋਲ ਕੇ ਦਿਖਾਓ ਜੀ ਬਲਵਿੰਦਰ ਜੀ ਸਾਰਿਆਂ ਨੂੰ ਬਿਲਕੁਲ ਇਹ ਸਾਡੇ ਕੋਲ ਜਿਹੜੇ ਭਾਜੀ ਨੇ ਦੱਸਿਆ ਕੱਲ ਕੱਲ ਦੇ ਵਿੱਚ ਜਿਹੜੇ ਓਮ ਗਲੋਬਲ ਵੱਲੋਂ ਵੀਜ਼ੇ ਲਵਾਏ ਗਏ ਆ ਕੈਨੇਡਾ ਦੇ ਔਰ ਖਾਸ ਤੌਰ ਤੇ 42 ਵੀਜ਼ੇ ਹੈਗੇ ਆ ਕੈਨੇਡਾ ਦੇ ਸਪਾਊਸ ਵੀ ਹੈਗੇ ਆ ਕਾਫੀ ਇਹਦੇ ਵਿੱਚ ਔਰ ਨਾਲ ਦੀ ਨਾਲ ਯੂ ਐਸ ਏ ਦੇ ਵੀ ਵੀਜ਼ੇ ਲੱਗੇ ਹੋਏ ਨੇ ਸਟੂਡੈਂਟ ਦੇ ਆਪਾਂ ਰਮਨ ਸਾਹਿਬ ਤੁਸੀਂ ਹੀ ਓਪਨ ਕਰੋ ਵੀ ਕਿਹੜੇ ਕਿਹੜੇ ਕਿਸ ਤਰ੍ਹਾਂ ਦੇ ਨਾਲ ਔਰ ਦੇਖੋ ਜੀ ਇਹ ਇਹ ਪਾਸਪੋਰਟ ਸਾਰੇ ਆ ਜੀ ਤੁਸੀਂ ਲਾਈਵ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਇਹ ਕੈਨੇਡਾ ਦਾ ਸਿੰਗਲ ਇਹ ਪਾਸਵਰਡ ਅਮਰਤ ਕੌਰ ਦਾ ਜੀ ਇਹਨਾਂ ਦਾ ਪਾਸਵਰਡ ਆ ਗਿਆ ਆਪਾਂ ਦਿਖਾਈ ਦਿੰਨੇ ਹਜੇ ਬੱਚਿਆਂ ਨੂੰ ਨਹੀਂ ਦੱਸਿਆ ਹੂੰ ਇਹ ਇਹ ਸਪਨਾ ਜੀ ਆ ਠੀਕ ਹੈ ਜੀ ਇਸ ਤੋਂ ਇਲਾਵਾ ਦੇਖ ਸਕਦੇ ਹੋ ਤੁਸੀਂ ਹਰੇਕ ਦੇ ਉੱਤੇ ਜਿਹੜਾ ਕੈਨੇਡਾ ਸਟੱਡੀ ਵੀਜ਼ਾ ਲੱਗੇ ਹੋਏ ਆ ਔਰ ਖਾਸ ਤੌਰ ਤੇ ਜੇ ਆਪਾਂ ਕਹਿ ਸਕੀਏ ਵੀਜ਼ਿਆਂ ਦੀ ਫੈਕਟਰੀ ਦੇ ਵਿੱਚ ਆਪਾਂ ਇਸ ਟਾਈਮ ਖੜੇ ਆ ਮੈਨੂੰ ਤਾਂ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਕਿਉਂਕਿ ਬਹੁਤ ਜ਼ਿਆਦਾ ਵੀਜ਼ੇ ਨੇ ਜਿਹੜੇ ਆਹ ਜਿਹੜਾ ਵੀਜ਼ਾ ਆ ਮੈਂ ਤੁਹਾਨੂੰ ਇਹਨਾਂ ਦਾ ਸਿਮਰਨਜੀਤ ਕੌਰ ਜੀ ਸਿਮਰਨਜੀਤ ਕੌਰ ਇਨਾਂ ਦੇ ਨਾਲ ਇਨਾਂ ਦੇ ਹਸਬੰਦ ਤੇ ਇਨਾਂ ਦੇ ਬੱਚੇ ਦਾ ਵੀਜ਼ਾ ਆਇਆ ਹੈ ਕਈ ਲੋਕਾਂ ਦੇ ਮੂੰਹ ਚੋਂ ਮੈਂ ਇਹ ਸੁਣਦਾ ਸੁਣਿਆ ਦੇਖਿਆ ਵੀ ਵੀ ਸਪਾਊਸ ਤਾਂ ਨਾਲ ਨਹੀਂ ਜਾਂਦਾ ਤੇ ਨਾ ਜੇ ਜਾਊਗਾ ਤਾਂ ਵਿਸਟਰ ਵੀਜ਼ੇ ਤੇ ਜਾਊਗਾ ਪਰ ਤੁਸੀਂ ਇਹ ਵੀਜ਼ੇ ਦੇਖ ਸਕਦੇ ਆ ਤੇ ਉਹਨਾਂ ਦੇ ਹਸਬੰਦ ਦਾ ਵੀਜ਼ਾ ਵੀ ਆ ਕੇ ਦੇਖ ਸਕਦੇ ਆ ਓਪਨ ਵਰਕ ਪਰਮਿਟ ਓਪਨ ਵਰਕ ਪਰਮਿਟ ਨਾਲ ਹੀ ਯਾਨੀ ਕਿ ਜਿਹੜਾ ਬੱਚਾ ਪਹਿਲਾਂ ਜਾਂਦਾ ਸੀਗਾ ਅੱਜ ਤੋਂ 6-7 ਮਹੀਨੇ ਪਹਿਲਾਂ ਦੀ ਗੱਲ ਆ ਉਸਦੇ ਸਪਾਊਸ ਨੂੰ ਬਾਅਦ ਵਿੱਚ ਭੇਜਿਆ ਜਾਂਦਾ ਸੀ ਓਪਨ ਵਰਕ ਪਰਮਿਟ ਤੇ ਤੇ ਅੱਜ ਦੀ ਡੇਟ 'ਚ ਓਮ ਗਲੋਬਲ ਕੱਠਿਆਂ ਦੀ ਫਾਈਲ ਲਗਾ ਕੇ ਇੱਕੋ ਦਿਨ ਟਰੈਵਲ ਕਰਾ ਰਿਆ ਕੋਈ ਵਿਸਟਰ ਵੀਜ਼ਾ ਨਹੀਂ ਲੱਗਦਾ ਓਪਨ ਵਰਕ ਪਰਮਿਟ ਤੇ ਜਾ ਰਹੇ ਨੇ ਬੱਚੇ ਉਹਨਾਂ ਦੇ ਹਸਬੰਡੀਆਂ ਉਹਨਾਂ ਦੀ ਵਾਈਫ ਓਪਨ ਵਰਕ ਪਰਮਿਟ ਤੇ ਤੇ ਬੱਚਿਆਂ ਦਾ ਰਮਨਪ੍ਰੀਤ ਦਾ ਹਾਂਜੀ ਮੈਂ ਇੱਕ ਨਾਲ ਇੱਥੇ ਸਵਾਲ ਤੁਹਾਡੇ ਨਾਲ 스ਪਾਊਸ ਨੂੰ ਲੈ ਕੇ ਕਰਨਾ ਸੀ ਬਹੁਤੀ ਵਾਰੀ ਆਪਾਂ ਦੇਖਦੇ ਆਂ ਵੀ ਕੰਸਲਟੈਂਟ ਜ਼ਿਆਦਾਤਰ ਕਹਿੰਦੇ ਆ ਵੀ 스ਪਾਊਸ ਨਾਲ ਨਾ ਜਾਵੇ ਤੇ 스ਪਾਊਸ ਨੂੰ ਬਾਅਦ ਚ ਜਾਣਾ ਚਾਹੀਦਾ ਜਾਂ ਕਈ ਵਾਰੀ ਵਿਸਟਰ ਵੀਜ਼ੇ ਤੇ 스ਪਾਊਸ ਨੂੰ ਭੇਜ ਦਿੱਤਾ ਜਾਂਦਾ ਜੋ ਪ੍ਰੋਬਲਮਸ ਹੁੰਦੀ ਆ ਕਿ ਇਹ ਸਾਰਿਆਂ ਦਾ ਓਪਨ ਵਰਕ ਪਰਮਿਟ ਆ ਜਾਂ ਵਿਸਟਰ ਵੀਜ਼ੇ ਵਾਲੇ ਆਗੇ ਆ ਇਹ ਬਲਵਿੰਦਰ ਜੀ ਤੁਸੀਂ ਦੇਖ ਸਕਦੇ ਆ ਲਾਈਵ ਵੀਜ਼ੇ ਦਿਖਾ ਰਹੇ ਆ ਤੇ ਇਹਨਾਂ ਦੇ ਨਾਲ ਨਾਲ ਆਪਾਂ ਇਹ ਵੀਜ਼ੇ ਦੇ ਨਾਲ ਇਹ ਡਿਟੇਲਾਂ ਚੈੱਕ ਕਰ ਸਕਦੇ ਹੋ ਵੀ ਉਸ ਤੇ ਲਿਖਿਆ ਹੋਇਆ ਸਟੂਡੈਂਟ ਦੇ ਵਿੱਚ ਸਟੂਡੈਂਟ ਵੀਜ਼ਾ ਲਿਖਿਆ ਹੁੰਦਾ ਹੈ ਇਹ ਦੇਖੋ ਸਟੂਡੈਂਟ ਲਿਖਿਆ ਹੈ ਤੁਸੀਂ ਓਪਨ ਵਰਕ ਪਰਮਿਟ ਤੇ ਓਪਨ ਵਰਕ ਪਰਮਿਟ ਹੀ ਲਿਖਿਆ ਹੈ ਸੋ ਇਹ ਦੇਖੋ ਜੀ ਸਤਵੀਰ ਸਿੰਘ ਹੈ ਜੀ ਇਹ ਪਿੰਕੀ ਜੀ ਦੇ ਹਸਬੰਡ ਨੇ ਸੌਰੀ ਪ੍ਰੀਤੀ ਜੀ ਦੇ ਹਸਬੰਡ ਨੇ ਉਹਨਾਂ ਦਾ ਵਰਕਰ ਵੀਜ਼ਾ ਲੱਗਾ ਹੈ ਚੈੱਕ ਕਰ ਸਕਦੇ ਹੋ ਵਰਕਰ ਵੀਜ਼ਾ ਹੈ ਵਰਕਰ ਯਾਨੀ ਕਿ ਓਪਨ ਵਰਕ ਪਰਮਿਟ ਤੇ ਜਾ ਰਹੇ ਨੇ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਅਸੀਂ ਡਿਪੈਂਡੈਂਟ ਵੀਜ਼ੇ ਤੇ ਜਿਹੜਾ ਭੇਜਦੇ ਆ ਬਿਸਤਰ ਤੇ ਭੇਜਦੇ ਆ ਤੁਸੀਂ ਕਿਸੇ ਵੀ ਬ੍ਰਾਂਚ ਸਾਡੀ ਚ ਓਮ ਗਲੋਬਲ ਦੀ ਪਹੁੰਚੋ ਤੇ ਵੀਜ਼ੇ ਦੇਖੋ ਇਹ ਇਹਨਾਂ ਦੇ ਇਹਨਾਂ ਦੀ ਵਾਈਫ ਦਾ ਹਾਂਜੀ ਹਾਂਜੀ ਇਹ ਪ੍ਰੀਤੀ ਇਹਨਾਂ ਦੇ ਵਾਈਫ ਨੇ ਤੁਸੀਂ ਇਹ ਸਤਵੀਰ ਸਿੰਘ ਜੀ ਐ ਚਾਹੇ ਤੁਸੀਂ ਇਹਨਾਂ ਨਾਲ ਲਾਈਵ ਗੱਲ ਵੀ ਕਰ ਸਕਦੇ ਹੋ ਸਾਡੇ ਨਾਲ ਆ ਕੇ ਵੀ ਕਿਹੜੇ ਵੀਜ਼ੇ ਤੇ ਭੇਜ ਰਹੇ ਆ ਸਟੂਡੈਂਟ ਵਿਦ ਸਪਾਊਸ ਯਾਨੀ ਕਿ ਓਪਨ ਵਰਕ ਪਰਮਿਟ ਤੇ ਭੇਜਿਆ ਇਹਨਾਂ ਨੂੰ ਵੀਜ਼ਾ ਲੱਗਿਆ ਇਹਨਾਂ ਦਾ ਬਿਲਕੁਲ ਇਹ ਪੂਰੇ ਵਿਜ਼ਿਆਂ ਦੀ ਫੈਕਟਰੀ ਸਾਡੇ ਸਾਹਮਣੇ ਖੁੱਲੀ ਹੋਈ ਹੈ तकरीबन 42 ਜਿਹੜੇ ਵਿਜ਼ੇ ਹੈ ਹੁਣੇ ਜਿਹੜੇ ਕੱਲ ਕੱਲ ਦੇ ਵਿੱਚ ਓਮ ਗਲੋਬਲ ਨੂੰ ਰੀਸੀਵ ਹੋਏ ਹੈ ਇਸ ਟਾਈਮ ਆਪਾਂ ਸੈਕਟਰ ਚੰਡੀਗੜ੍ਹ ਦੇ ਵਿੱਚ ਖੜੇ ਆ ਜਿੱਥੇ ਕਿ ਓਮ ਗਲੋਬਲ ਦਾ ਆਫਿਸ ਹੈ ਤੁਸੀਂ ਕੋਈ ਵੀ ਸਟੱਡੀ ਵੀਜ਼ਾ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇੱਥੇ ਪਹੁੰਚ ਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਬਹੁਤ ਹੀ ਐਕਸਪਰਟ ਟੀਮ ਹੈਗੀ ਹੈ ਕਾਸਟਰ ਦੇ ਕੈਨੇਡਾ ਸਟੱਡੀ ਵੀਜ਼ੇ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਨਾਲ ਦੀ ਨਾਲ ਜਿਹੜੀ ਹੋਰ ਯੂਐਸਏ ਦੇ ਸਾਡੇ ਕੋਲ ਪਏ ਆ ਯੂਐਸਏ ਵਾਲੇ ਵੀ ਸਰ ਖੋਲੋ ਉਹ ਕੀ ਪ੍ਰੋਫਾਈਲ ਨਹੀਂ ਪਹਿਲਾਂ ਤਾਂ ਥੋੜਾ ਜਿਆ ਲੋਕਾਂ ਨੂੰ ਇਹ ਦਿਖਾ ਦਈਏ ਨਾ ਪੂਰੇ ਪਾਸਪੋਰਟ ਖੋਲਦੀਏ ਕੱਲ ਨੂੰ ਫਿਰ ਹਾਂਜੀ ਬੰਦਾ ਫੋਨ ਕਰਦਾ ਵੀ ਤੁਸੀਂ ਤਾਂ ਸ਼ਾਇਦ ਪਾਸਪੋਰਟ ਪੂਰੇ ਹੀ ਨਹੀਂ ਖੋਲੇ ਇਸ ਕਰਕੇ ਪੂਰੇ ਪਾਸਪੋਰਟ ਖੋਲਾਂਗੇ ਤੇ ਫਿਰ ਯੂਐਸਏ ਵਾਲੇ ਵੀ ਖੋਲਾਂਗੇ ਅ ਬਲਵਿੰਦਰ ਜੀ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਵੀ ਕੱਲ ਦੀ ਜਿਹੜੀ ਨਿਊਜ਼ ਆਈ ਹੈ ਨਾ ਕੈਨੇਡਾ ਗਵਰਨਮੈਂਟ ਵੱਲੋਂ ਵੀ ਜੀਆਈਸੀ ਜਿਹੜਾ ਇੱਕ 1 ਜਨਵਰੀ ਤੋਂ ਜਿਹੜਾ ਵੀ ਬੱਚਾ 1 ਜਨਵਰੀ ਤੋਂ ਬਾਅਦ ਫਾਈਲ ਲਾਊਗਾ ਉਹ ਡਬਲ ਹੋ ਜਾਊਗਾ ਯਾਨੀ ਕਿ 20635 ਡਾਲਰ ਹੋ ਜਾਊਗਾ ਯਾਨੀ ਕਿ ਲਗਭਗ 7 ਲੱਖ ਰੁਪਈਆ ਜ਼ਿਆਦਾ ਪੇ ਕਰਨਾ ਪਊਗਾ ਆਪਣੇ ਲਿਵਿੰਗ ਐਕਸਪੈਂਸ ਨੂੰ ਸੋ ਉਸ ਨੂੰ ਲੈ ਕੇ ਇਹ ਖਾਸ ਅਸੀਂ ਮੈਂ ਕਹਿਣਾ ਚਾਹੁੰਦਾ ਜੇ ਤੁਸੀਂ ਰਿਫਿਊਜ਼ ਹੋ ਚੁੱਕੇ ਹੋ ਜਾਂ ਤੁਸੀਂ ਫਰੈਸ਼ ਹੋ ਤੁਸੀਂ ਕੈਨੇਡਾ ਵਿੱਚ ਜਾ ਕੇ ਹਜੇ ਵੀ ਜਨਵਰੀ ਇਨਟੇਕ ਵਿੱਚ ਜਾਣਾ ਚਾਹੁੰਦੇ ਹੋ ਦੋ ਦਿਨ ਚ ਫਾਈਲ ਤੁਹਾਡੀ ਓਮ ਗਲੋਬਲ ਲਾਏਗਾ ਤੁਹਾਨੂੰ ਤੁਹਾਡੇ ਕੋਲੋਂ ਸਿੰਗਲ ਰੁਪਈਆ ਨਹੀਂ ਲਿਆ ਜਾਏਗਾ ਕੋਈ ਰੁਪਈਆ ਨਹੀਂ ਲਿਆ ਜਾਏਗਾ ਤੁਸੀਂ ਮੈਡੀਕਲ ਤੇ ਜੀਆਈਸੀ ਸਿਰਫ ਸਾਨੂੰ ਲਿਆ ਕੇ ਦੇਣਾ ਚਾਹੇ ਤੁਸੀਂ 10 ਵਾਰੀ ਰਿਫਿਊਜ਼ ਹੋ ਚਾਹੇ ਤੁਸੀਂ 15 ਵਾਰੀ ਰਿਫਿਊਜ਼ ਹੋ ਪਹਿਲੀ ਜਨਵਰੀ ਤੋਂ ਪਹਿਲਾ ਪਹਿਲਾ ਤੁਹਾਡਾ ਰਿਜ਼ਲਟ ਵੀ ਤੁਹਾਡੇ ਹੱਥ ਵਿੱਚ ਹੋਵੇਗਾ ਸੋ ਓਮ ਗਲੋਬਲ ਦੀ ਕਿਸੇ ਵੀ ਬ੍ਰਾਂਚ ਪਹੁੰਚੋ ਜੀਆਈਸੀ ਦਾ ਜੋ ਇਹ ਵਾਦਾ ਹੋ ਰਿਹਾ ਉਸ ਤੋਂ ਪਹਿਲਾਂ ਪਹਿਲਾਂ ਆਪਣੀ ਫਾਈਲ ਲਵਾਓ 20635 ਜੋ ਹੋ ਰਿਹਾ ਬਿਲਕੁਲ ਜਿਵੇਂ ਤੁਹਾਨੂੰ ਦੱਸ ਦਿੰਦੇ ਆ ਕੈਨੇਡਾ ਸਰਕਾਰ ਵੱਲੋਂ ਜਿਹੜੇ ਨਵੇਂ ਰੂਲ ਆਏ ਆ ਉਸਦੇ ਭਾਜੀ ਨੇ ਹੁਣੇ ਗੱਲ ਕੀਤੀ ਹੈ ਕਿ ਜਨਵਰੀ 2000 ਦੇ ਵਿੱਚ 24 ਦੇ ਵਿੱਚ ਜਿਹੜਾ ਵੀ ਸਟੂਡੈਂਟ ਜਾਊਗਾ ਉਸ ਦਾ ਜਿਹੜਾ ਜੀਆਈਸੀਆ ਤਕਰੀਬਨ ਡਬਲ ਹੋ ਜਾਊਗਾ ਜੇ ਆਪਾਂ ਗੱਲ ਕਰੀਏ 20635 ਰੁਪਏ ਤੁਹਾਨੂੰ ਜੀਆਈਸੀ ਪੇ ਕਰਨਾ ਪਊਗਾ ਔਰ ਇਸ ਟਾਈਮ ਅੱਜ ਤਕਰੀਬਨ 7 8 ਦਸੰਬਰ ਦੀ ਆਪਾਂ ਗੱਲ ਕਰ ਰਹੇ ਆ ਖੜੇ ਹੋਏ ਆ ਔਰ ਬਹੁਤ ਘੱਟ ਸਮਾਂ ਹੈਗਾ ਤਕਰੀਬਨ ਤੁਹਾਡੇ ਕੋਲ 22 ਦਿਨ ਦਾ ਸਮਾਂ ਹੈ ਜੇ ਤੁਸੀਂ ਜਨਵਰੀ ਦੇ ਵਿੱਚ ਅਪਲਾਈ ਕਰੋਗੇ ਤਾਂ ਤੁਹਾਡਾ ਜੀਆਈਸੀ ਡਬਲ ਹੋ ਜਾਊਗਾ ਪਰ ਓਮ ਗਲੋਬ ਵੱਲੋਂ ਇੱਕ ਆਫਰ ਦਿੱਤਾ ਜਾਂਦਾ ਹੈ ਕਿ ਸਰ ਐਨੇ ਘੱਟ ਦਿਨਾਂ ਦੇ ਵਿੱਚ ਕੀ ਆਪਾਂ ਜੀਆਈਸੀ ਭਰ ਕੇ ਵੀਜ਼ਾ ਲੈ ਸਕਦੇ ਆ ਸਰ ਜੀਆਈਸੀ ਭਰ ਕੇ ਯਾਨੀ ਕਿ ਅਸੀਂ 2 ਦਿਨ ਦਾ ਸਮਾਂ ਸਾਨੂੰ ਚਾਹੀਦਾ ਇੱਕ ਦਿਨ 'ਚ ਤੁਹਾਡੀ ਆਫਰ ਲੈਟਰ ਤੇ ਇੱਕ ਦਿਨ 'ਚ ਤੁਹਾਡੀ ਐਲਓਏ ਆਏਗੀ ਤੁਹਾਡਾ 2 ਦਿਨ 'ਚ ਫਾਈਲ ਲਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਤੁਸੀਂ ਸਾਰੇ ਡਾਕੂਮੈਂਟ ਇੱਕ ਸਿੰਗਲ ਡੇ ਲੈ ਕੇ ਆਣੇ ਆ ਤੁਹਾਡੇ ਕੋਲ ਮੈਡੀਕਲ ਰੈਡੀ ਆ ਤੁਹਾਡੇ ਕੋਲ ਜੀਆਈਸੀ ਰੈਡੀ ਆ ਅਗਰ ਨਹੀਂ ਵੀ ਰੈਡੀ ਤੁਸੀਂ ਆਫਿਸ ਪਹੁੰਚੋ ਤੇ ਤੁਹਾਨੂੰ ਦੱਸਿਆ ਜਾਵੇਗਾ ਕਿ ਕਿਦਾਂ ਜੀਆਈਸੀ ਭਰੀ ਜਾਂਦੀ ਹੈ ਕਿੱਥੋਂ ਮੈਡੀਕਲ ਲਿਆ ਜਾਂਦਾ ਹੈ ਸੋ ਰਿਜ਼ਲਟ ਦਿਖਾ ਕੇ ਹੀ ਤੁਹਾਨੂੰ ਦੱਸਾਂਗੇ ਬੱਚਿਆਂ ਨਾਲ ਗੱਲ ਕਰਾਵਾਂਗੇ ਕਿੰਨੇ-ਕਿੰਨੇ ਦਿਨਾਂ ਵਿੱਚ ਉਹਨਾਂ ਦੀ ਫਾਈਲ ਲੱਗੀ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਰਿਜ਼ਲਟ ਕਿੰਨੇ ਦਿਨਾਂ ਵਿੱਚ ਆਇਆ ਸੋ ਜਿਹੜੇ ਵੀ ਸਟੂਡੈਂਟ ਹਜੇ ਵੀ ਕੈਨੇਡਾ ਵਿੱਚ ਬਿਨਾ 10000 GIC ਨਾਲ ਜਾਣਾ ਚਾਹੁੰਦੇ ਨੇ ਓਮ ਗਲੋਬਲ ਦੀ ਕਿਸੇ ਵੀ ਬ੍ਰਾਂਚ ਅੱਜ ਪਹੁੰਚੋ 10200 ਡਾਲਰ ਤੁਸੀਂ ਪੇ ਕਰਨਾ ਅਜੇ ਵੀ ਜੇ ਪਹਿਲੀ ਜਨਵਰੀ ਤੋਂ ਬਾਅਦ ਅਪਲਾਈ ਕਰਦੇ ਹੋ ਤਾਂ 20635 ਡਾਲਰ ਹੋ ਜਾਣਾ ਯਾਨੀ ਕਿ ਲਗਭਗ ਉਹ 7 ਲੱਖ ਰੁਪਇਆ ਵਾਧਾ ਹੋ ਜਾਣਾ ਮੈਂ ਇਹ ਦੱਸਣਾ ਚਾਹੁੰਦਾ ਏ 15 ਸਾਲ ਤੋਂ GIC ਦਾ ਇਹੀ ਸਿਰਫ 10000 ਹੈ ਹਰ ਕੰਟਰੀ ਨੇ ਆਪਣੇ ਲਿਵਿੰਗ ਐਕਸਪੈਂਸ ਵਧਾਏ ਆ ਸੋ ਕੱਲੀ ਕੈਨੇਡਾ ਇੱਕ ਕੰਟਰੀ ਸੀ ਜੋ ਲਿਵਿੰਗ ਐਕਸਪੈਂਸ ਵਿੱਚ ਵਾਧਾ ਨਹੀਂ ਕੀਤਾ ਸੀ ਜਦੋਂ ਤੋਂ ਜੀਆਈਸੀ ਸ਼ੁਰੂ ਹੋਇਆ ਨਿਊਜ਼ੀਲੈਂਡ ਨੇ ਵੀ ਆਪਣੇ ਐਫਡੀਐਸ 'ਚ ਵਾਧਾ ਕੀਤਾ 15000 ਤੋਂ ਲੈ ਕੇ 20000 ਡਾਲਰ ਕਰ ਦਿੱਤਾ ਕੋਵਿਡ ਤੋਂ ਬਾਅਦ ਉਸ ਤੋਂ ਬਾਅਦ ਜਰਮਨੀ ਨੇ ਆਪਣੇ ਬਲੌਕ ਅਕਾਊਂਟ ਵਿੱਚ ਵਾਧਾ ਕੀਤਾ ਆ ਆਸਟ੍ਰੇਲੀਆ ਨੇ ਪਿਛਲੇ ਮਹੀਨੇ ਅਕਤੂਬਰ ਸੌਰੀ ਅਕਤੂਬਰ ਮਹੀਨੇ ਵਿੱਚ ਆਪਣੇ ਲਿਵਿੰਗ ਐਕਸਪੈਂਸ ਵਧਾਏ ਸੋ ਇਹ ਵਾਧਾ ਦੁਨੀਆ ਦੀ ਮਹਿੰਗਾਈ ਦੇ ਦਰ ਨਾਲ ਵਧਿਆ ਹੈ ਸੋ 20000 ਡਾਲਰ ਅਗਰ ਤੁਸੀਂ ਪੇ ਨਹੀਂ ਕਰਨਾ ਚਾਹੁੰਦੇ ਤੁਸੀਂ ਅਜੇ ਵੀ ਜਨਵਰੀ ਇਨਟੇਕ ਵਿੱਚ ਜਾਣਾ ਚਾਹੁੰਦੇ ਹੋ ਓਮ ਗਲੋਬਲ ਤੁਹਾਡਾ ਜਨਵਰੀ ਇਨਟੇਕ ਦਾ ਸੁਪਨਾ ਸਕਾਰ ਕਰੇਗਾ ਅਜੇ ਵੀ ਹਾਂ ਬਿਲਕੁਲ ਜੇ ਆਪਾਂ ਗੱਲ ਕਰੀਏ ਬਹੁਤ ਹੀ ਘੱਟ ਸਮਾਂ ਰਹਿ ਗਿਆ ਜਨਵਰੀ ਇਨਟੇਕ ਦੇ ਲਈ ਪਰ ਫਿਰ ਵੀ ਓਮ ਗਲੋਬਲ ਵੱਲੋਂ ਇੱਕ ਵੱਡੀ ਆਫਰ ਦਿੱਤੀ ਜਾ ਰਹੀ ਹੈ ਸਟੂਡੈਂਟ ਨੂੰ ਤੁਸੀਂ ਤਕਰੀਬਨ ਆਪਣਾ 7 ਲੱਖ ਰੁਪਏ ਜਿਹੜਾ ਬਚਾ ਸਕਦੇ ਹੋ ਫਿਰ ਵੀ ਜਿਵੇਂ ਬਚਕਦੇ ਹੋ ਆਪਾਂ ਲਿਵਿੰਗ ਐਕਸਪੈਂਸ ਔਰ ਜਿਹੜੀ ਉੱਤੇ ਤੁਹਾਡੇ ਖਾਣ-ਪੀਣ ਦਾ ਖਰਚਾ ਤੁਹਾਡੇ ਹੀ ਅਕਾਊਂਟ ਦੇ ਵਿੱਚ ਜਾਣਾ ਜੀ ਆਈਸੀ ਪਰ ਫਿਰ ਵੀ ਕਿਤੇ ਨਾ ਕਿਤੇ ਇੱਕ ਵਾਰ ਤੁਹਾਨੂੰ ਪੇ ਕਰਨਾ ਪਊਗਾ ਜੇ ਤੁਸੀਂ 2 ਜਾਂ 3 ਦਿਨਾਂ ਦੇ ਵਿੱਚ ਵਿੱਚ ਜੇ ਅਪਲਾਈ ਕਰਦੇ ਹੋ ਤਾਂ ਤਕਰੀਬਨ 7 ਲੱਖ ਰੁਪਏ ਤੁਸੀਂ ਆਪਣਾ ਕੈਨੇਡਾ ਸਟੱਡੀ ਵੀਜ਼ੇ ਦੇ ਵਿੱਚ ਬਚਾ ਸਕਦੇ ਹੋ ਔਰ ਉਸ ਤੋਂ ਬਾਅਦ ਆ ਜਿਹੜਾ ਤੁਸੀਂ ਤਕਰੀਬਨ ਤੁਹਾਨੂੰ ਜੇ ਜਨਵਰੀ 2024 ਦੇ ਵਿੱਚ ਅਪਲਾਈ ਕਰੋਗੇ ਤਾਂ ਤੁਹਾਨੂੰ ਡਬਲ ਪੈਸੇ ਜਿਵੇਂ ਰਮਨ ਸਰ ਨੇ ਦੱਸਿਆ ਕਿ ਤਕਰੀਬਨ ਤੁਹਾਨੂੰ 20635 ਰੁਪਏ 35 ਡਾਲਰ ਨੇ ਜਿਹੜੇ ਉਹ ਪੇ ਕਰਨੇ ਪੈਣੇ ਆ ਦੇ ਸਰ ਪ੍ਰੋਫਾਈਲ ਦੱਸੋ ਕਿਸੇ ਸਟੂਡੈਂਟ ਦੀ ਜਿਹਦੀ ਕਾਫੀ ਜ਼ਿਆਦਾ ਗੈਪ ਹੋਵੇ ਜਾਂ ਕੋਈ 스ਪਾਉਸ ਦੀ ਉਹਨਾਂ ਦੀ ਕਿਸ ਤਰ੍ਹਾਂ ਦੀ ਪ੍ਰੋਫਾਈਲ ਸੀਗੀ ਕੋਈ ਗਵਿੰਦਰ ਜੀ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਪ੍ਰੋਫਾਈਲ 6 ਬੈਂਡ ਓਵਰਆਲ ਚਾਹੀਦੇ ਨੇ 60 ਪੀਡੀ ਹੋਣੀ ਚਾਹੀਦੀ ਹੈ ਟੌਫਲ ਚ ਤੁਹਾਡੇ 83 ਸਕੋਰ ਹੋਣੇ ਚਾਹੀਦੇ ਆ ਤੁਸੀਂ 2005 ਚ ਪਲੱਸ 2 ਕੀਤੀ ਆ ਤੁਸੀਂ 2010 ਚ ਬੀਏ ਕੀਤੀ ਆ ਤੁਸੀਂ 2000 ਦੋ ਚ ਬੀਏ ਕੀਤੀ ਹੈ ਤੁਹਾਡੇ ਕੋਲੇ ਗੈਪ ਵਿੱਚ ਜਸਟੀਫਿਕੇਸ਼ਨ ਹੈਗੀ ਆ ਤੁਸੀਂ ਕੈਨੇਡਾ ਵਿੱਚ ਆਪਣੇ ਫੈਮਿਲੀ ਦੇ ਨਾਲ ਜਾ ਸਕਦੇ ਹੋ ਤੁਸੀਂ ਰਿਫਿਊਜ਼ ਹੋ ਪੰਜ ਵਾਰੀ 10 ਵਾਰੀ 15 ਵਾਰੀ ਰਿਫਿਊਜ਼ ਹੋ ਤੁਸੀਂ ਓਮ ਗਲੋਬਲ ਦੀ ਕਿਸੇ ਵੀ ਬ੍ਰਾਂਚ ਪਹੁੰਚੋ ਤੁਹਾਡੇ ਤੋਂ ਬਿਨਾ ਕਿਸੇ 1 ਰੁਪਏ ਦੇ ਐਡਵਾਂਸ ਲਈ ਬਿਨਾ ਤੁਹਾਡਾ ਵੀਜ਼ਾ ਅਪਲਾਈ ਕੀਤਾ ਜਾਏਗਾ ਤੁਸੀਂ ਮੈਡੀਕਲ ਤੇ ਜੀਆਈਸੀ ਹੀ ਪੇ ਕਰਨਾ ਹੈ ਕਈ ਬੰਦਿਆਂ ਤੋਂ ਮੈਂ ਸਾਨੂੰ ਮਿਲਿਆ ਹੈ ਇਹਦੇ ਵਿੱਚ ਬਲਵਿੰਦਰ ਜੀ ਇੱਕ ਖਾਸ ਗੱਲ ਹੈ ਵੀ ਮੈਂ ਇੱਕ ਸਟੂਡੈਂਟ ਨੂੰ ਮਿਲਿਆ 4 ਦਿਨ ਪਹਿਲਾਂ ਉਹ ਬੱਚੇ ਦਾ ਕੁਐਸਚਨ ਸੀ ਵੀ ਸਰ ਪ੍ਰਾਈਵੇਟ ਕਾਲਜ ਵਿੱਚ ਸਪਾਊਸ ਤਾਂ ਨਾਲ ਹੀ ਨਹੀਂ ਜਾਂਦਾ ਇਹਦੇ ਵਿੱਚ 42 ਪਾਸਪੋਰਟਾਂ ਵਿੱਚ ਜਿਹੜੇ ਆਏ ਆ ਨਵੇਂ ਉਹਨਾਂ ਵਿੱਚ ਲਗਭਗ 15 ਤੋਂ 20 ਪਾਸਪੋਰਟ ਇਦਾਂ ਦੇ ਆ ਜੋ ਪ੍ਰਾਈਵੇਟ ਕਾਲਜ ਦੇ ਬੱਚੇ ਆ ਤੇ ਉਹਨਾਂ ਦੇ ਸਪਾਊਸ ਨਾਲ ਜਾਂਦੇ ਆ ਨਾਲ ਉਹਨਾਂ ਦੇ ਬੱਚੇ ਵੀ ਨਾਲ ਜਾ ਰਹੇ ਆ ਮੇਰੇ ਕੋਲੇ ਆ ਕੇ ਆਫਰ ਲੈਟਰ ਚੈੱਕ ਕਰ ਸਕਦੇ ਹੋ ਵੀ ਪ੍ਰਾਈਵੇਟ ਕਾਲਜ ਦਾ ਡਿਪੈਂਡੈਂਟ ਵੀਜ਼ਾ ਨਾਂ ਲੱਗਿਆ ਹੈ ਸੋ ਮੈਂ ਇਹ ਕਹਿਣਾ ਚਾਹੁੰਦਾ ਜਦੋਂ ਆਪਾਂ ਪੈਸੇ ਹੀ ਨਹੀਂ ਲੈਣੇਗੇ ਤਾਂ ਕਿਸ ਗੱਲ ਦਾ ਡਰ ਆ ਵੀ ਸ਼ਾਇਦ ਤੁਹਾਡੇ ਨਾਲ ਠਗੀ ਨਾ ਵਾਜਵੇ ਸੋ ਕੋਈ ਠੱਗੀ ਦੀ ਗੱਲ ਨਹੀਂ ਵੀਜ਼ੇ ਤੋਂ ਬਾਅਦ ਪੈਸੇ ਲਏ ਜਾਣੇ ਆ ਜਿੱਦਣ ਵੀਜ਼ਾ ਆ ਗਿਆ ਉਸ ਤੋਂ ਬਾਅਦ ਪਾਸਪੋਰਟ ਸਟicker ਹੋ ਕੇ ਆ ਗਿਆ ਉਸ ਤੋਂ ਬਾਅਦ ਹੀ ਪੈਸਾ ਲਿਆ ਜਾਏਗਾ ਬਿਲਕੁਲ ਜਿਹੜੇ ਵੀ ਸਟੂਡੈਂਟ ਕੈਨੇਡਾ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਆ ਸਾਡੇ ਕੋਲ ਬਹੁਤ ਹੀ ਢੇਰ ਲੱਗ ਚੁੱਕਾ ਹੈ ਵੀਜ਼ੇ ਪਾਸਪੋਰਟ ਮੇਰਾ ਕਹਿੰਦਾ ਪ੍ਰਿੰਦਰ ਜੀ ਜਿਹੜੇ ਪਾਸਪੋਰਟ ਹੈਗੇ ਆ ਭਾਜੀ ਨੇ ਇੱਥੇ ਦਿਖਾਏ ਆ ਨਾਲ ਦੇ ਨਾਲ ਯੂ ਐਸ ਏ ਦੇ ਵੀ ਹੈਗੇ ਆ ਯੂਐਸਏ ਨਾਲ ਦੀ ਪ੍ਰੋਫਾਈਲ ਕੀ ਹੈ ਯੂਐਸਏ ਤੁਸੀਂ ਕਿਵੇਂ ਜਾ ਸਕਦੇ ਹੋ ਉਸ ਬਾਰੇ ਵੀ ਗੱਲ ਕਰਾਂਗੇ ਪਰ ਪਹਿਲਾਂ ਕੈਨੇਡਾ ਦੇ ਲਈ ਹੈ ਕਿਉਂਕਿ ਬਹੁਤ ਹੀ ਘੱਟ ਸਮਾਂ ਬਚਿਆ ਹੈ ਜੇ ਤੁਸੀਂ ਆਪਣਾ ਆਪਣੇ ਪੇਰੈਂਟਸ ਦਾ ਘੱਟੋ ਘੱਟ 7 ਤੋਂ 8 ਲੱਖ ਰੁਪਏ ਬਚਾਉਣਾ ਚਾਹੁੰਦੇ ਹੋ ਤਾਂ 2-4 ਦਿਨਾਂ ਦੇ ਵਿੱਚ ਤੁਸੀਂ ਅਪਲਾਈ ਕਰੋ ਇਸੇ ਸਾਲ ਦੇ ਵਿੱਚ 2023 ਦਸੰਬਰ ਦੇ ਵਿੱਚ ਜੇ ਤੁਸੀਂ ਅਪਲਾਈ ਕਰ ਲੈਂਦੇ ਹੋ ਤਾਂ ਤੁਹਾਡਾ ਜੀਐਸਆ ਜਿਹੜਾ 50% ਦੇ ਕਰੀਬ ਤੁਹਾਨੂੰ ਜਿਹੜਾ ਬੇਨਫੀਟ ਹੋ ਸਕਦਾ ਉਹ ਨਾਲ ਦੀ ਨਾਲ ਸਰ ਇੱਕ ਨਾ ਪ੍ਰਾਈਵੇਟ ਕਾਲਜ ਦੀ ਤੁਸੀਂ ਗੱਲ ਕੀਤੀ ਹੈ ਪ੍ਰਾਈਵੇਟ ਕਾਲਜ ਤੋਂ ਕਈ ਵਾਰੀ ਸਟੂਡੈਂਟ ਡਰ ਜਾਂਦਾ ਵੀ ਵਰਕ ਪਰਮਨ ਨੂੰ ਲੈ ਕੇ ਬੜਾ ਕਨਫਿਊਜ਼ ਹੈ ਪਲੀਜ਼ ਉਸ ਨੂੰ ਵੀ ਕਲੀਅਰ ਕਰੋ ਵਰਕ ਪਰਮਨ ਦੀ ਇਹ ਗੱਲ ਹੈ ਪਹਿਲਾਂ ਆਪਣੀ ਸਟੱਡੀ ਪੂਰੀ ਕਰੋਗੇ ਬਹੁਤ ਆਪਸ਼ਨਾਂ ਹੈ ਪ੍ਰਾਈਵੇਟ ਕਾਲਜ ਤੋਂ ਬਾਅਦ ਵੀ ਵਰਕ ਪਰਮਨ ਮਿਲਦਾ ਹੈ ਬਟ ਬੱਚੇ ਜਾਂਦੇ ਆ ਉਸੇ ਜਾ ਕੇ ਆਪਣੇ ਰਫੰਡ ਅਪਲਾਈ ਕਰ ਦਿੰਦੇ ਆ ਕਈ ਨਾ ਕਈ ਉਹਨਾਂ ਨੂੰ ਡਰਾਇਆ ਜਾਂਦਾ ਵੀ ਤੈਨੂੰ ਵਰਕ ਪਰਮਿਟ ਨਹੀਂ ਮਿਲੇਗਾ ਜਾਂ ਤੈਨੂੰ ਪੜ੍ਹਾਈ ਪੂਰੀ ਕਰਕੇ ਵਾਪਸ ਜਾਣਾ ਪਊਗਾ ਸੋ ਇਦਾਂ ਦੀ ਕੋਈ ਗੱਲ ਨਹੀਂ ਬਲਵਿੰਦਰ ਜੀ ਜੇ ਵਰਕ ਪਰਮਿਟ ਦੀ ਗੱਲ ਕਰੀਏ ਸੋ ਪ੍ਰਾਈਵੇਟ ਹੋਵੇ ਚਾਹੇ ਗਵਰਨਮੈਂਟ ਪਹਿਲਾਂ ਤਾਂ ਆਪਾਂ ਪ੍ਰੋਫਾਈਲ ਚੈੱਕ ਕਰਦੇ ਆ ਵੀ ਬੱਚੇ ਨੂੰ ਕਿੱਥੇ ਐਲੀਜੀਬਿਲਟੀ ਮਿਲਦੀ ਹੈ ਸੋ ਪ੍ਰਾਈਵੇਟ ਕਾਲਜ ਜਾਣਾ ਚਾਹੁੰਦੇ ਹੋ ਪਬਲਿਕ ਜਾਣਾ ਚਾਹੁੰਦੇ ਹੋ ਪੈਸੇ ਵੀਜ਼ੇ ਤੋਂ ਬਾਅਦ ਦੇਣਾ ਚਾਹੁੰਦੇ ਹੋ ਤੁਹਾਡੀ ਪ੍ਰੋਫਾਈਲ ਐਲੀਜੀਬਲ ਹੈ 6 ਓਵਰਾਲ ਬੈਂਡ ਨੇ ਔਰ 1 ਚੋਂ 5 ਆ 2 ਚੋਂ 5 ਆ ਈਵਨ 1 ਚੋਂ 4.5 ਵੀ ਆ ਜਾਂ 4 ਵੀ ਆ ਓਵਰ ਆਲ 6 ਬੈਂਡ ਦੇਖਣੇ ਆ ਅੰਬੈਸੀ ਨੇ ਤੁਹਾਡੀ ਐਸਡੀਐਸ ਕੈਟਾਗਰੀ ਚ ਫਾਈਲ ਲੱਗੇਗੀ ਸੋ ਜੀਆਈਸੀ ਨੂੰ ਲੈ ਕੇ ਇੱਕ ਵੱਡੀ ਅਪਡੇਟ ਆਈ ਹੈ ਉਸ ਨੂੰ ਹੀ ਲੈ ਕੇ ਸ਼ੋਅ ਮੈਂ ਤੁਹਾਡੇ ਨਾਲ ਕਰ ਰਿਹਾ ਵੀ ਜੇ ਕਿਸੇ ਨੇ ਅਜੇ ਵੀ ਇਹ ਜਨਵਰੀ ਇਨਟੇਕ ਚ ਜਾਣਾ ਹੈ 20000 ਡਾਲਰ ਨਹੀਂ ਭਰਨਾ ਜੀਆਈਸੀ ਦਾ 10000 ਡਾਲਰ ਹੀ ਲੈ ਕੇ ਜਾਣਾ ਹੈ ਤਾਂ ਤੁਸੀਂ ਓਮ ਗਲੋਬਲ ਦੀ ਕਿਸੇ ਵੀ ਬ੍ਰਾਂਚ ਪਹੁੰਚੋ 10200 ਡਾਲਰ ਨਾਲ ਅਪਲਾਈ ਕਰੋ ਤਾਂ ਇਹ ਤੁਸੀਂ ਰਿਫਿਊਜ਼ ਹੋ ਚਾਹੇ ਤੁਸੀਂ ਫਰੈਸ਼ ਹੋ ਤੁਸੀਂ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ ਸੋ ਇਹ 7 ਲੱਖ ਨੂੰ ਤੁਸੀਂ ਬਚਾ ਸਕਦੇ ਹੋ ਹਾਂ ਬਿਲਕੁਲ ਜਿਹੜੇ ਸਟੂਡੈਂਟ ਕੈਨੇਡਾ ਸਟੱਡੀ ਵੀਜ਼ਾ ਤੇ ਜਾਣ ਦਾ ਸੁਪਨਾ ਦੇਖ ਰਹੇ ਆ ਸਾਡਾ ਇੱਥੇ ਆਉਣ ਦਾ ਮਕਸਦ ਇਹੀ ਸੀਗਾ ਕਿ ਤੁਹਾਨੂੰ ਸਹੀ ਗਾਈਡ ਕੀਤਾ ਜਾਵੇ ਕਈ ਵਾਰੀ ਸਟੂਡੈਂਟ ਠੱਗੀ ਦਾ ਸ਼ਿਕਾਰ ਹੋ ਜਾਂਦਾ ਹੈ ਕਈ ਵਾਰੀ ਕਿਸੇ ਗਲਤ ਕੰਸਲਟੈਂਟ ਕੋਲ ਚਲਾ ਜਾਂਦਾ ਜਿੱਥੇ ਵੀਜ਼ਾ ਵੀ ਨਹੀਂ ਆਉਂਦਾ ਹੁਣੇ ਕਈ ਵਾਰੀ ਸਾਨੂੰ ਹੀ ਕਾਲਸ ਆ ਜਾਂਦੀਆਂ ਵੀ ਸਰ ਸਾਡਾ 5 ਮਹੀਨੇ ਹੋ ਗਏ 7 ਮਹੀਨੇ ਹੋ ਗਏ ਅਸੀਂ ਲੰਮਕ ਰਹੇ ਆ ਕੋਈ ਵੀਜ਼ਾ ਨਹੀਂ ਆਇਆ ਬਟ ਓਮ ਗਲੋਬਲ ਦੇ ਵਿੱਚ ਜੇ ਤੁਸੀਂ ਪਹੁੰਚੋਗੇ ਤਾਂ ਤਕਰੀਬਨ ਤੁਸੀਂ ਵੀਜ਼ਿਆਂ ਦੀ ਫੈਕਟਰੀ ਕਹਿ ਸਕਦੇ ਹੋ ਓਮ ਗਲੋਬਲ ਨੂੰ ਇਹ ਅਜੇ ਅਸੀਂ ਸਿਰਫ ਚੰਡੀਗੜ੍ਹ ਆਫਿਸ ਆਫਿਸ ਜਲੰਧਰ ਦੇ ਵਿੱਚ ਵੀ ਨੇ ਨਾਲ ਦੀ ਨਾਲ ਬਠਿੰਡਾ ਦੇ ਵਿੱਚ ਹੈ ਹਰਿਆਣਾ ਦੀ ਗੱਲ ਕਰੀਏ ਤਾਂ ਆਪਣਾ ਜਮਨਾ ਨਗਰ ਔਰ ਭੀਵੇ ਦੇ ਵਿੱਚ ਵੀ ਓਮ ਗਲੋਬਲ ਦੇ ਆਫਿਸ ਪਹੁੰਚ ਕੇ ਤੁਸੀਂ ਜਿਹੜੀ ਹੈ ਪੂਰੀ ਜਾਣਕਾਰੀ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਸਟੱਡੀ ਵੀਜ਼ਾ ਤੇ ਤੁਸੀਂ ਜਾਣਾ ਹੈ 스ਪਾ우스 ਦੇ ਨਾਲ ਜਾਣਾ ਹੈ ਜਾਂ ਤੁਸੀਂ ਵਿਜ਼ਟਰ ਵੀਜ਼ਾ ਤੇ ਵੀ ਜਾਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਜਿਹੜਾ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਹੈ ਇਸ ਤੇ ਕਾਲ ਕਰਕੇ ਰਮਨ ਸਰ ਨੂੰ ਮਿਲਣਾ ਚਾਹੁੰਦੇ ਹੋ ਤਾਂ ਸੈਕਟਰ 17 ਸੀ ਚੰਡੀਗੜ੍ਹ ਦੇ ਵਿੱਚ ਆ ਕੇ ਤੁਸੀਂ ਇਹਨਾਂ ਨੂੰ ਮਿਲ ਸਕਦੇ ਹੋ ਔਰ ओम ਗਲੋਬਲ ਦੇ ਆਫਿਸ ਦੇ ਵਿੱਚ ਨੰਬਰ ਲਗਾਤਾਰ ਡਿਸਪਲੇ ਹੋ ਰਿਹਾ ਉਹ ਨਾਲ ਦੀ ਨਾਲ ਤੁਹਾਨੂੰ ਇੱਕ ਸਟੂਡੈਂਟ ਵੀ ਬੁਲਾਉਨੇ ਆ ਵੈਸੇ ਤਾਂ ਅੱਜ ਸਟੂਡੈਂਟ ਨਹੀਂ ਬੁਲਾਏ ਹੋਏ ਸਿਰਫ ਆਪਾਂ ਪਾਸਪੋਰਟ ਦੇਖਣ ਆਏ ਸੀ ਪਰ ਫਿਰ ਵੀ ਇੱਕ ਅਚਾਨਕ ਹੀ ਇੱਕ ਦੋ ਸਟੂਡੈਂਟ ਆਏ ਹੋਏ ਨੇ ਉਹਨਾਂ ਦਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ओम ਗਲੋਬਲ ਦੇ ਨਾਲ ਰਿਹਾ ਆਪਾਂ ਉਹਨਾਂ ਨੂੰ ਵੀ ਇੱਕ ਵਾਰੀ ਬੁਲਾ ਲਿਆ ਜਿਹਦਾ ਵਿਚਾਰੇ ਨੂੰ ਸਟੂਡੈਂਟ ਨੂੰ ਅਜੇ ਇਹ ਵੀ ਨਹੀਂ ਪਤਾ ਵੀ ਮੇਰਾ ਵੀਜ਼ਾ ਲੱਗ ਗਿਆ ਜਾਂ ਨਹੀਂ ਲੱਗਿਆ ਤੇ ਆਪਾਂ ਉਹਨਾਂ ਨੂੰ ਪੁੱਛਾਂਗੇ ਵੀ ਤੁਹਾਡੀ ਫਾਈਲ ਕਿਦਣ ਲੱਗੀ ਸੀ ਤੇ ਕਿਦਣ ਤੁਸੀਂ ਅਪਲਾਈ ਕੀਤਾ ਸੀ 22 ਨਵੰਬਰ ਨੂੰ ਇਹ ਡਾਕੂਮੈਂਟ ਦੇ ਕੇ ਗਏ ਆ ਤੇ ਅੱਜ ਆਪਾਂ 8 ਦਸੰਬਰ ਨੂੰ ਖੜੇ ਆ ਤੇ ਯਾਨੀ ਕਿ 15 ਦਿਨ ਵਿੱਚ ਸਾਰਾ ਕੰਮ ਹੋ ਗਿਆ ਵੀਜ਼ਾ ਵੀ ਲੱਗ ਗਿਆ ਇਥੇ ਇਥੇ ਕਿੰਨੀਆਂ ਰਿਫਿਊਜ਼ ਲਿਆ ਇੱਕ ਰਿਫਿਊਜ਼ ਤੋਂ ਬਾਅਦ ਕੋਈ ਪੈਸਾ ਲਿਆ ਗਿਆ ਤੁਹਾਡੇ ਤੋਂ ਨਹੀਂ ਹਜੇ ਪੀਪੀਆਰ ਵੀ ਨਹੀਂ ਦੇਖੀ ਤੁਸੀਂ ਤੁਹਾਨੂੰ ਤੁਹਾਡੇ ਫਾਦਰ ਸਾਹਿਬ ਆਏ ਨੇ ਤੁਹਾਡੇ ਮਦਰ ਆਏ ਨੇ ਬਹੁਤ-ਬਹੁਤ ਮੁਬਾਰਕਾਂ ਕੀ ਕਹਿਣਾ ਚਾਹੋਗੇ ਓਮ ਗਲੋਬਲ ਬਾਰੇ ਤੁਸੀਂ i happy i come here with the recommendation of my relatives and i'm very happy with the result and बाकी सारी टीम बहुत अच्छी थी कि मेनू बहुत ही लग गया सारी टीम नाल अपना प्रोसेस करके एंड मेरी सिस्टर ने उन्होंने मेनू रिकमेंड किया सीग इनना दा भी, भी वीजा लगा अटक रिफ्यूजलਾਂ ਤੋਂ ਬਾਅਦ ਉਹ ਵੀ काफी रिफ्यूजल रिफ्यूजल ਤੋਂ ਬਾਅਦ ਤੇ ਇਹ ਵੀ ਆਪਾਂ ਪਾਸਪੋਰਟ ਦੇਖ ਸਕਦੇ ਆ ਅਨੁਸ਼칸 ਜੀ ਇਹਨਾਂ ਵਿੱਚ ਤੁਹਾਡਾ ਪਾਸਪੋਰਟ ਵੀ ਹੁਣ ਆਣ ਵਾਲਾ ਹੀ ਆ ਜਲਦੀ ਤੋਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਨੂੰ ਇੱਕ ਵਾਰ ਤੁਹਾਡੇ ਫੈਮਿਲੀ ਨੂੰ ਵੀ ਤੇ i recommend to all visit there for the cost the process